जम्मू कश्मीर केंद्र शासित प्रदेश की सरकार के पर त्रिखी भर्थी तजार असामिया करोग अधिसूचित खजाना मंत्री निर्मला सीतारमण और मुल्ख की आत्मनिर्भर बनाने की जरूरत पर पाया जोर ਈਸ਼ਵਰਾਨਾ ਦਾਖਲਾ ਪ੍ਰੀਖਿਆ ਦੇ ਬੋਰਡ ਬੋਪੀ ਗੀ ਡੋਮਿਸਾਈਲ ਸਰਟੀਫਿਕੇਟ ਕਾਉਂਸਲਿੰਗ ਦੇ ਮੌਕੇ ਤੇ ਦਿਖਨੇ ਦੀ ਦਿੱਤੀ ਗਈ ਹੈ ਹਦਾਇਤ ਤੇ 에어 ਇੰਡੀਆ ਸੋਮਵਾਰੇ ਤੋਂ ਆਕਰੇਲੂ ਉਡਾਨਾ ਕਰੋਗ ਸ਼ੁਰੂ ਲਗਭਗ 8000 ਉਡਾਨਾ ਕਰਵਾਉਣੇ ਦੀ ਹੈ ਯੋਜਨਾ ਨਮਸਕਾਰ ਡੋਗਰੀ ਖਬਰਾਂ ਤੁੰਦਾ ਸਵਾਗਤ ਮੈਂ ਆਦੇਸ਼ ਸ਼ਰਮਾ ਹੁਣ ਖਬਰਾਂ ਵਿਸਤਾਰ ਕਰਨੇ ਲੈਫਟਨੈਂਟ ਗਵਰਨਰ ਗਿਰੀਚੰਦਰ ਮੁਰਮੂ ਨੇ ਭਰਤੀ ਪ੍ਰਕਿਰਿਆ ਦੀ ਸਫਲ ਬਣਾਣੇ ਤੇ ਪਾਰਦਰਸ਼ਿਤਾ ਯਕੀਨੀ ਬਣਾਣੇ ਪਰ ਜ਼ੋਰ ਪਾਇਆ ਹੈ ਤਾਂ ਜੇ ਭਰਤੀਆਂ ਤੋਲੇ ਤੇ ਸੁਚਾਰੂ ਢੰਗਾ ਕਰਨੇ ਕੀਤੀਆਂ ਜਾ ਸਕਣ ਉਪ ਰਾਜਪਾਲ ਔਰ ਰਾਜ ਭਵਨ ਵਿੱਚ ਲੱਗੀ ਦੀ ਉੱਚੀ ਸਤਾ ਦੀ ਬੈਠਕ ਦੇ ਪ੍ਰਧਾਨਤਾ ਕਰਾ ਕਰਦੇ ਹੈ ਜਿਹਦੇ ਵਿੱਚ ਵੱਖ-ਵੱਖ ਦਰਜੇ ਦੀਆਂ ਭਰਤੀਆਂ ਦੇ ਕੰਮੇ ਦਾ ਜਾਇਜ਼ਾ ਲਿਆਤਾ ਗਿਆ ਇਸ ਸਰਬੰਧੇ ਵਿੱਚ ਖੜੇਰੀ ਗੇ ਦੀ ਵਿਸ਼ੇਸ਼ ਕਮੇਟੀ ਨੇ ਕੋਈ 10000 ਰਸਾਮੀਆਂ ਪੁਰ ਕਰਨੇ ਆਸਤੇ ਆਪਣਾ ਮੁੰਡਲਾ ਪ੍ਰਸਤਾਵ ਪੇਸ਼ ਕੀਤਾ ਮੀਟਿੰਗ 'ਚ ਦੱਸਿਆ ਗਿਆ ਜੇ 2000 ਪੰਚਾਇਤ ਅਕਾਊਂਟ ਅਸਿਸਟੈਂਟ 1000 ਡਾਕਟਰਾਂ ਤੇ ਕੋਈ 100 ਮਵੇਸ਼ੀ ਡਾਕਟਰੇ ਦੀਆਂ ਅਸਾਮੀਆਂ ਵੀ ਪਰਤੀ ਪ੍ਰਕਿਰਿਆ ਸਹਿਤ ਤਿਆਰ ਨੇ ਸਿਹਤ ਮੈਡੀਕਲ ਸਿੱਖਿਆ ਜਨੇ ਮਹਿਕਮੇ ਦੇ 3000 ਅਸਾਮੀਆਂ ਭਰਨੇ ਕੰਨੇ ਸਿਹਤ ਦੇ ਬੁਣਿਆ ਦੀ ਢਾਂਚੇਗੀ ਬਲਤ ਹੋ ਗੇ ਜਿਹੜਾ ਕੋਵਿਡ-19 ਦੌਰਾਨ ਮੁਸ਼ਕਲ ਸਥਿਤੀ ਚਾਹ ਉਪ ਰਾਜਪਾਲੋਰੇ ਜੂਨ 2020 ਚ ਪਰਤੀ ਪ੍ਰਤੀਕਿਰਿਆ ਤੋਲੇ ਰੰਭ ਕਰਨ ਦੇ ਨਿਰਦੇਸ਼ ਦਿੱਤੇ ਇਹਦੇ ਕੰਨੇਗਾ ਇਹ ਸੰਦੇਸ਼ ਜਾਗ ਜੇ ਸਰਕਾਰ ਬੇਰੋਜ਼ਗਾਰੀ ਦੀ ਸਮੱਸਿਆ ਕੰਨੇ ਵਾਕਫ ਹੈ ਤੇ ਇਹਦੇ ਸਮਾਧਾਨ ਆਸਤ ਹੈ ਬਚਨੇ ਬੱਜੀ ਦੀ ਹੈ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨੋਰੇ ਮੁਲਖੇਗੀ ਆਤਮ ਨਿਰਵਰ ਬਣਾਣੇ ਦੀ ਜ਼ਰੂਰਤ ਪਰ ਜ਼ੋਰ ਪਾਇਆ ਦੂਰਦਰਸ਼ਨ ਸਮਾਚਾਰ ਕਰਨੇ ਇੱਕ ਚੇਚੇ ਇੰਟਰਵਿਊ ਚ ਸੀਤਾ ਰਮਨ ਹੋਰੇ ਆਖਿਆ ਜੇ ਮੁਲਖਾ ਕੀ ਅਜੇ ਵੀ ਬਾਰਾ ਥਾ ਮਾ ਚੀਜ਼ਾਂ ਬਸਤਾ ਮੰਗਵਾਣਾ ਪੁੰਦੀਆਂ ਨੇ ਜਿਹੜੀਆਂ ਦੇਸ਼ਾ ਤਾਈ ਤੇ ਨਿਰਯਾਤ ਆਸਤੇ ਉਤਪਾਦਨ ਦੇ ਕੰਮੇ ਚੋਂ ਆਉਂਦੀਆਂ ਨੇ ਖਜ਼ਾਨਾ ਮੰਤਰੀ ਹੋਰੇ ਆਖਿਆ ਜੇ ਸਰਕਾਰ ਨੇ ਜਿਸ ਚਾਲੀ ਪੈਕੇਜ ਤਿਆਰ ਕੀਤਾ ਹੈ ਉਹਦੇ ਕੰਨੇ ਉਹਨੇ ਸਭਨੇ ਕੀ ਮਦਦ ਆਸ਼ ਲੋਕ ਜਿਨੇ ਕੀ ਆਰਥਿਕ ਗਤੀਵਿਧੀਆਂ ਆਰੰਭ ਕਰਨੇ ਆਸਤੇ ਬਾਦੂ ਰਾਸ ਪੂੰਜੀ ਦੀ ਜ਼ਰੂਰਤ ਹੋਗਾ ਉਹਨੇ ਆਖਿਆ ਜੇ ਇਹਦੇ ने मांगते खपत की फायदा पुजोग ਸਰਕਾਰ ਨੇ ਅੱਜ ਵ્યાਵਸਾਏਕ ਦਾਖਲਾ ਇਮਤਿਹਾਨ ਸਰਬੰਦੀ ਬੋਰਡ ਬੋਪੀ ਦੀ ਸਲਾਹ ਦਿੱਤੀ ਹੈ ਜੇ ਮੇਦਵਾਰਾਂ ਥਾ ਮ ਡੋਮਿਸਾਈਲ ਸਰਟੀਫਿਕੇਟ ਕਾਉਂਸਲਿੰਗ ਦੇ ਮੌਕੇ ਗਏ ਲੈਤੇ ਜਾਣ ਨਾਕੇ ਆਨਲਾਈਨ ਫਾਰਮ ਪਰ ਦੇ ਮੌਕੇ ਬੋਰਡ ਕੀ ਆਖਿਆ ਗਿਆ ਜੇ ਉਹ ਆਪਣੀ ਅਦੀ ਸੂਚਨਾ ਚ ਤਬਦੀਲੀ ਕਰਾਤੇ ਮੇਦਵਾਰਾਂ ਕੀ ਆਨਲਾਈਨ ਫਾਰਮ ਪਰ ਦੇ ਮੌਕੇ ਡੋਮਿਸਾਈਲ ਸਰਬੰਦੀ ਉਂਦੇ ਦਰਜੇ ਦੀ ਨੀਜੀ ਕੋਸ਼ਨਾ ਦਾ ਪ੍ਰਬਧਾਨ ਰੱਖਿਆ ਹੈ ਉਹਨੇ ਆਖਿਆ ਜੇ ਕਾਉਂਸਲਿੰਗ ਆਸਥਾ ਤਾਲਿਗੇ ਦੇ ਮੇਦਵਾਰਾਂ ਕੀ ਗਏ ਡੋਮਿਸਾਈਲ ਸਰਟੀਫਿਕੇਟ ਦਸਨੇਤਾਈਂ ਆਖਿਆ ਜਾ ਸਰਕਾਰ ਆਸਿਆ ਇਹ ਨਰਦ ਇਸ ਇਸ ਮਸਲੇ ਬਾਰੇ ਮੇਦਵਾਰੇ ਦੇ ਮਣੇ ਚ ਪੈਦਾ ਹੋਏ ਦੇ ਸ਼ੱਕ ਸ਼ੁਭੇ ਦੂਰ ਕਰਨੇ ਵਾਸਤੇ ਦਿੱਤੇ ਗਏ ਨਾ 에ਅਰ ਇੰਡੀਆ ਨਾ ਕਰੇ ਲੂਡਾਣੇ ਲਈ ਬੁਕਿੰਗ ਸ਼ੁਰੂ ਕਰੀ ਦਿੱਤੀ ਹੈ ਦੋ ਮਹੀਨੇ ਦੇ ਬਖਵੇ ਪਰੰ ਤਾਂ ਮੁਲਖੇ ਚ ਸੋਮਵਾਰ ਰੇ ਥਮਾ ਪਰਤੀ ਹੈ ਅਵਾਈ ਯਾਤਿਆ ਸ਼ੁਰੂ ਹੋ ਗਾ 25 ਮਈ ਥਮਾ ਅਗਲੇ ਤਿੰਨ ਮਹੀਨੇ ਤੱਕਰ 에ਅਰ ਲਾਈਨ ਅਰਾਤੇ 8000 ਥਮਾ ਮਤੀ ਕਰੇ ਲੂਡਵਾਰੀਆਂ ਪਰ ਹੋ ਗਾ ਨਾਗਰਿਕ ਅਵਾਜ਼ੀ ਮੰਤਰਾਲੇ ਨੇ ਆਖਿਆ ਹੈ ਜੇ ਸਭ ਨੇ ਕਰੇ ਲਡਵਾਰੀਆਂ ਲਈ 93 ਮਹੀਨੇ ਗੀਤਾ ਘਟੋਕੜ ਤੇ ਬਦੋਬਦ ਕਰਾਇਆ ਤੈ ਕੀਤੇ ਗਏ ਨੇ ਇਸ ਮਹੀਨੇ ਦੀ 25 ਤਰੀਕ ਥਮਾ ਲਈਆ 25 ਅਗਸਤ ਯਾਨੀ 93 ਮਹੀਨੇ ਚ 에어 ਇੰਡੀਆ 8428 ਡਵਾਰੀਆਂ ਅਰਫਤੇ ਪਰੋਗ ਕਰਾਇ ਸਰਵੰਦੀ ਨਵੇਂ ਨੀਮੇ ਤਹਿਤ ਸਬਨੇਸ਼ਾ ਘਟੋਾਈ ਟਿਕਟ 2000 ਤੇ ਸਬਨੇਸ਼ਾ ਮਹੰਗੀ ਟਿਕਟ 18600 ਰੁਪਏ ਦੀ ਹੋਗਾ ਜੰਮੂ ਤੇ ਸਿਰਨਾਗਰ ਆਸਾਜਾ ਜਿਹੜੀਆਂ ਡੁਆਰੀਆਂ ਸੋਮਵਾਰਾਂ ਥਾਂ ਸ਼ੁਰੂ ਹੋਈ ਜਾਣਗਾਂ ਜੰਮੂ ਤੇ ਸਿਰਨਾਗਰ ਵਾਈਅਡੇ ਪਰ ਰੋਜ਼ਾਨਾ 8 ਛਾ 10 ਉਡਾਨੇ ਦੇ ਪੁੱਜਨੇ ਦੀ ਮੀਡ ਹੈ ਉਹ ਸਰਕਾਰ ਨੇ ਫੈਸਲਾ ਕੀਤਾ ਹੈ ਜੇ ਸਬੈ ਮੁਸਾਫਰਾਂ ਗੀ ਕਵਾਰਨਟਾਈਨ ਚ ਤਦੂ ਤੋੜੀ ਰੋਣਾਪੋਗ ਜਨੂ ਤੋੜੀ ਉੰਦੀ ਕਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੈਗੇਟਿਵ ਨਹੀਂ ਆਈ ਜਾਂਦੀ ਸਰਕਾਰੀ ਸੂਤਰੇ ਮੋਜਵ ਸਰਕਾਰ ਉਟਰੇ ਸਮੇਤ ਲਾਗਤ आले ਔਰ ਮਤੇ ਕਵਾਰਨਟਾਈਨ ਕੇਂਦਰ ਆਸਾ ਥਾਰੇ ਦੀ ਨਿਸ਼ਾਨਦੇਹੀ ਕਰਾ ਕਰਦੀ ਹੈ ਸੂਤਰੇ ਦੱਸਿਆ ਜੇ ਉਹਨੇ ਵਾਲੇ ਮੁਸਾਫਰਾਂ ਦੀ ਜਾਂਚ ਕੀਤੀ ਜਾਂ ਤੇ ਉੰਦੀ ਪੋਰਟ ਮਨਫੀ ਹੋਣੇ ਪਰ ਗਏ ਉਹਨੇ ਕੀ ਉਹਦੇ ਘਰੇ ਚ ਭੇਜਿਆ ਜਾਗ ਦੇਸ਼ੇ ਚ ਕੋਵਿਡ 19 ਦੇ ਮਾਮਲੇ ਵਧੀਆ 1,51,101 ਪੁੱਜੀ ਗਏ ਨੇ ਤੇ ਇਹਦੇ ਕਾਰਨ ਅਜੇ ਤੱਕ 3720 ਮੌਤਾ ਹੋ ਚੁੱਕੀਆਂ ਨੇ ਜੰਦੇ 24 ਘੰਟਿਆਂ ਚ ਮਲਕਾ ਚ ਕਰੋਨਾ ਦੇ 6654 ਨਵੇਂ ਮਾਮਲੇ ਆਏ ਨੇ ਤੇ ਉੱਥੇ ਗਏ ਇਹਦੇ ਕਾਰਨ 137 ਮੌਤਾਂ ਹੋਈਆਂ ਸਿਹਤ ਮੰਤਰਾਲੇ ਸਾਥੋਂ ਇਹਦੇ ਔਂਕੜੇ ਮੁਤਾਬਕ ਇਸਲਾਹ ਮਲਕੇ ਚ ਕੋਵਿਡ 19 ਦੇ ਨ 3597 ਸਕਰੀ ਮਾਮਲੇ ਨੇ ਜਿਸਲਾ ਕੀ ਅਜੇ ਤੋੜੀ 5784 ਮਰੀਜ਼ ਠੀਕ ਹੋ ਹੀ ਚੁਕੇ ਨੇ ਜ਼ਿਲ੍ਹਾ ਡੋਡਾ ਚ ਲਾਕਡਾਊਨ ਦੇ ਚੌਥੇ ਗੇੜ ਦੌਰਾਨ ਅੱਜ ਬੜਲੇ ਥਾਮਾ ਬਾਜ਼ਾਰੇ ਚ ਮਤੀ ਰੌਣਕ ਦਿਖਨੇ ਗਈ ਥੋਈ ਮੁਖਨਗਰ ਦੇ ਆਲੇ ਦੁਆਲੇ ਦੇ ਇਲਾਕੇ ਚ ਮਤੀ ਗਿੰਦਰੀ ਚ ਲੋਕੇ ਈਜ਼ ਲਈ ਖਰੀਦਦਾਰੀ ਕੀਤੀ ਸੇ ਦੌਰਾਨ ਪੁਲਿਸ ਕਰਮੀ ਇਸ ਗੱਲੇ ਗਈ ਯਕੀਨੀ ਬਣਾ ਦੇਣ ਜੇ ਕੋਈ ਵੀ ਮਾਸਕ ਪਾਏ ਬਗੈਰ ਬਾਹਰ ਨਹੀਂ ਆਇਆ ਤੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਇਹਦੇ ਇਲਾਵਾ ਸ਼ਹਿਰ ਚ ਗੱਡੀਆਂ ਦੀ ਆਉਜਾਈ ਪਰ ਪੂਰੀ ਚਾਲੀ ਪਾਵਨ ਦੀ ਹੈ ਲਾਕਡਾਊਨ ਦੌਰਾਨ ਦੋ ਮਹੀਨੇ ਕਾਰਨ ਕਾਰੋਬਾਰ ਬੰਦ ਰੋਣੇ ਮਗਰਾ ਉਹ ਦੁਕਾਨਾਂ ਖੁੱਲਣੇ ਪਰ ਦੁਕਾਨਦਾਰਾਂ ਗੀ ਵੀ ਕਿਛ ਅਤੋੜੀ ਰਾਹਤ ਮਹਿਸੂਸ ਹੋਈ ਹੈ ਉੱਥੇ ਕੇ ਮਕਾਮੀ ਲੋਕੇ ਵੀ ਈਦ ਦੇ ਤਿਉਹਾਰ ਲਈ ਖਰੀਦਾਰੀ ਆਸਤੇ ਦਿੱਤੀ ਗਈ ਇਸ ਥੇ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ ये जरूरी है कि उन्हें डिस्टेंस रख कर ये सामान जो है परचेजिंग करनी चाहिए और इसी बार जो आज इस बार माहिर रमजान के अंदर हम खुशी मुसलमानों ने अपने मस्जिदों से अपने घरों से खुशी दुआ की अपने मुल्क के लिए और खास ईद के सीजन में शॉपिंग करने हम डिस्टेंस पूरा रख रहे हैं कंट्रोल रख रहे हैं पूरा जो भी गवर्नमेंट ने हमें हिदायत दी है हम कोशिश कर रहे हैं इंश्योर कर रहे हैं कि लोग अपनी जरूरत की चीजें जितना भी रिक्वायर्ड आइटम्स है वो लें लेकिन सोशल डिस्टेंसिंग को जो है मेंटेन रखें उसके लिए काफी ज्यादा एक्स्ट्रा डिप्लॉयमेंट जो है आज डां के अंदर की गई है ਹਾਲਾਂਕਿ ਰਾਮਬਨ ਕੀ ਰੈਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਪਰ ਜ਼ਿਲ੍ਹਾ ਇੰਤਜ਼ਾਮੀਆਂ ਸਹਿ ਇਦੇ ਤਿਆਰ ਕੀ ਦੇਖਦੇ ਹੋ ਇਹ ਲੋਕਾਂ ਦੀ ਸਹੂਲਤ ਲਈ ਅੱਜ ਕੇ ਸ਼ਹਿਰ ਲਈ ਦੁਕਾਨਾਂ ਖੋਲਣ ਦੀ ਢਿੱਲ ਦਿੱਤੀ ਗਈ ਹੈ ਇਹਦੇ ਚਲਦੇ ਮਤੀ ਗਿੰਦਰੀ ਚ ਲੋਕੇ ਬਾਜ਼ਾਰ ਜਾਈਏ ਖਰੀਦਦਾਰੀ ਕੀਤੀ ਰਾਮਬਨ ਦੇ ਐਸ ਐਚ ਓ ਸੁਨੀਲ ਸ਼ਰਮਾ ਰੇ ਰੈਵਨਿਊ ਤੇ ਜ਼ਿਲ੍ਹਾ ਇੰਤਜ਼ਾਮੀਆਂ ਦੇ ਹੋਰ ਨੇ ਅਧਿਕਾਰੀ ਇਹਨੇ ਬਾਜ਼ਾਰ ਦਾ ਦੌਰਾ ਲਾਈ ਹੈ ਇਸ ਗੱਲੇ ਕੀ ਯਕੀਨੀ ਬਣਾਏ ਜੇ ਲੋਕਾਂ ਕੀ ਮਨਾਸਬ ਮੁੱਲੇ ਉਪਰ ਮਿਆਰੀ ਸਮਾਨ ਉਪਲਬਧ ਹੋਵੇ ਤੇ ਖਰੀਦਦਾਰੀ ਕਰਦੇ ਵੇਲੇ ਉਹ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ मार्केट खुली थी इस मार्केट में लोगों को तो काफी रेट थी तो लोगों को अवेयर किया गया दुकानदार भाइयों को भी कि वो कस्टमर के हाथ सैनिटाइज कराएंगे और मास्क प्रोवाइड करेंगे और सोशल डिस्टेंसिंग का पूरा पालन करेंगे तो इसी तरह के हम ये कल भी करेंगे आज भी हमने किया तो दुकानदार भाई भी इसमें सहयोग कर रहे हैं और तो लोगों का ਰਮਜ਼ਾਨ ਦੇ ਪਵਿੱਤਰ ਮਹੀਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਆਸਿਆ ਕਟੜਾ ਦੇ ਆਸ਼ੀਰਵਾਦ ਭਵਨ ਤੇ ਹੋਰ ਨੇ ਦੂਏ ਕੁਆਰੰਟਾਈਨ ਕੇਂਦਰਾਂ ਚ ਰੱਖੇ ਗਏ ਦੇ ਮੁਸਲਿਮ ਸਮੁਦਾਇ ਦੇ 500 ਜਨੇਗੀ ਸਹਿਰੀ ਤੇ ਇਫਤਾਰੀ ਉਪਲਬਧ ਕਰਾਈ ਜਾ ਰਹੀ ਹੈ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਹੁੰਦੇ ਮੁਤਾਬਕ ਰਮਜ਼ਾਨ ਦੌਰਾਨ ਬੋਰਡ ਦੇ ਕਰਮਚਾਰੀ 10 ਮਾਰਚ ਤੋਂ ਦਿਨ ਰਾਤ ਮੁਸਲਮਾਨ ਪਰਾਂ ਲਈ ਸਹਿਰੀ ਤੇ ਇਫਤਾਰੀ ਦੇ ਇਲਾਵਾ ਕੁਆਰੰਟਾਈਨ ਕੀਤੇ ਗਏ ਦੇ ਹੋਰ ਨੇ ਲੋਕਾਂ ਲਈ ਰੋਟੀ ਬਣਾਉਣੇ ਚ ਲੱਗੇ ਦੇ ਨੇ ਆਸ਼ੀਰਵਾਦ ਭਵਨ ਚ ਜ਼ਿਆਦਾਤਰ ਮਜ਼ਦੂਰਾਂ ਦੀ ਕੁਆਰੰਟਾਈਨ ਕੀਤਾ ਗਿਆ ਹੈ ਜਿਹੜੇ ਰਮਜ਼ਾਨ ਦੇ ਮੁਕੱਦਸ ਮਹੀਨੇ 'ਚ ਰੋਜ਼ੇ ਰੱਖਾ ਕਰ ਦੇਣਾ ਮੁਲਖ ਪਰ ਇਹ ਚ ਲਾਕਡਾਊਨ ਕਰੀ ਵਿਕਾਸ ਦੀਆਂ ਸਭੇ ਗਤੀਵਿਧੀਆਂ ਬੰਦ ਹੋਈ ਗਈਆਂ ਹੀਆਂ ਪਰ ਦਿਸ਼ਾ ਨਿਰਦੇਸ਼ਾਂ ਚ ਹੁਣ ਕੇ ਛੱਟੇ ਲ ਦਿੱਤੇ ਜਾਣੇ ਮਗਰਾ ਜੰਮੂ ਖੇਤੇ ਚ ਮਨਰੇਗਾ ਕੰਮੇ ਸਮੇਤ ਵਿਕਾਸ ਦੀਆਂ ਗਤੀਵਿਧੀਆਂ ਪੁੜਤਿਆ ਰੰਭ ਹੋਈ ਗਈਆਂ ਨਾ ਜੰਮੂ ਖੇਤੇ ਦੇ ਗਜਨਸੂ ਗ੍ਰਾਂਧ ਦੇ ਲੋਕੇ ਬੰਦਸ਼ੇ ਚ ਢਿੱਲ ਦਿੱਤੇ ਦਿਨੇ ਦੇ ਤੇ ਵਿਕਾਸ ਕੰਮ ਪੁੜਤਿਆ ਰੰਭ ਕਰਨੇ ਤਾਂ ਹੀ ਸਰਕਾਰ ਦੇ ਫੈਸਲੇ ਦੀ ਸਰਾਹਣਾ ਕੀਤੀ ਹੈ ਮਨਰੇਗਾ ਕੰਮੇ ਚ ਲੱਗੇ ਦੇ ਮਜ਼ਦੂਰਾਂ ਵੀ ਇਹਦੇ ਆਸਤੇ ਪ੍ਰਧਾਨ ਮੰਤਰੀ ਹੁੰਦਾ ਧੰਨਵਾਦ ਕੀਤਾ ਹੈ ਨਾ ਨਾ ਕੰਮ ਸਾਰੇ ਬੰਦ ਹੋਏ ਹੁਣ ਥੋੜਾ ਇਹ ਪ੍ਰਧਾਨ ਮੈਂ ਦਿਨਾ ਇਹ ਕਿ ਨੋਲ ਦਿੱਤੀਆ ਸਰਮੰਚ ਸਾਹਿਬ ਉਹਨੇ ਆਣਿਆ ਆਹੀਂ ਥੋੜਾ ਮਜ਼ਰ ਯਾਰ ਦਿੱਤਾ ਕਿ ਉਹਨਾਂ ਆਹ ਕੰਮ ਕਰ ਰਹੇ ਨੇ ਸਾ ਮਾੜਾ ਮੋਟਾ ਜੋ ਕਰ ਰਹੇ ਆਂ ਮਰੇ ਸ਼ਿੰਡੀ ਸ਼ੁੰਡੀ ਪਾਈਆ ਥੋੜੇ 2 ਮੀਟਰ ਦੇ ਸ਼ਿੰਡੀ ਸ਼ਿੰਡਾ ਮੜਾ ਬੰਦੋਬਸ ਕੀਤਾ ਦਾ ਤੇ ਉਹਦੇ ਕਾਰਨ ਸਾਹਿਬ ਵੀ ਕਹਿ ਲੱਗ ਕਰ ਰਹੇ ਆਂ ਕਿ ਕਰੋਨਾ ਹੀ ਭਾਇਗਾ ਨਾ ਜਿਹੜੇ ਕੰਮ ਕਰੋਨੇ ਕਿੜੇ ਰਹਿ ਗਏ ਬੰਦੋ ਦੇ ਇਹ ਪ੍ਰਧਾਨ ਮੰਤਰੀ ਭਾਇਗਾ ਕਰਨਾ ਕੰਮ ਚੱਲੇਣਾ ਤੇ ਅਕਾ ਕੰਮ ਕਰ ਰਹੇ ਆਂ ਅਸ आज काफ़ी दिन से हमने जो अपने ब्लॉग में जो नरेगा के काम स्टार्ट करवाए हैं ये कुछ पुराने काम भी थे और जो नई एडवाइजरी आई है हमारे पी नरेंद्र भाई मोदी ने जो दी हुई है उस पर भी ये हम काम कर रहे हैं जो सभी लोगों को जो रोजगार मिले जो घर में लोग बैठे हैं जैसे ये हमारी जिम्मेदार नाला है इसकी डिसल्टिंग हो रही है ਉਦੋਂਪੁਰ ਜ਼ਿਲ੍ਹੇ ਦੇ ਕੇਲਾਗ੍ਰਾਂਜ ਮਨਰੇਗਾ ਤੇ ਕੇਂਦਰਾਸੇ ਚਲਾਈ ਜਾ ਕਰਦੀ ਹੋਣੇ ਸਕੀਮੇ ਤਹਿਤ ਕੰਮ ਪਰਤੀਏ ਸ਼ੁਰੂ ਹੋਈ ਗੇ ਨਾ ਗ੍ਰਾਂਡ ਦੇ ਇੱਕ ਤਲਾਹ ਦੇ ਨਿਰਮਾਣ ਤੇ ਸੜਕਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਕੰਮੇ ਪਰ ਲੱਗੇ ਦੇ ਮਜ਼ਦੂਰ ਇਹਦੇ ਤਾਈਂ ਸਰਕਾਰ ਦਾ ਧੰਨਵਾਦ ਕੀਤਾ ਹੈ ਇਹ ਇਧਰ ਮਾਰੇ ਨਰੇਗਾ ਕੇ ਕੰਮ ਲਗੇ ਹੈ अब काम चल रहे हैं हमारे हमारी गवर्नमेंट हमारी मदद कर रही है लॉकडाउन के टाइम भी हम डिस्टेंस रख के आठ आठ दस दा, सात आठ दस आदमी लगा कर काम शुरू किए हैं हमने गवर्नमेंट ने हमारी बहुत मदद की है बाकी हमने वो भी बनाए हैं तालाब भी ब, बनाए हैं क्योंकि पानी ਰਾਸ਼ਟ੍ਰ ਵਿਆਪੀ ਲਾਕਡਾਊਨ ਚਿਟੇਲ ਦਿੱਤੇ ਜਾਣੇ ਮਗਰ ਡੋਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਗ੍ਰਾਮੀਣ ਲੋਕਿਆਂ ਸਾਹਮਣੇ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣੇ ਤੇ ਰੁਕੇ ਦੇ ਵਿਕਾਸ ਪ੍ਰੋਜੈਕਟਾਂ ਗੀ ਪੂਰਾ ਕਰਨੇ ਤਾਂ ਦੂਰ ਦਰਾਜ ਦੇ ਇਲਾਕਿਆਂ 'ਚ ਕੰਮ ਸ਼ੁਰੂ ਕਰਨੇ ਦਾ ਫੈਸਲਾ ਕੀਤਾ ਹੈ ਇਸ ਸਹ ਕਰੀ ਜ਼ਿਲ੍ਹੇ ਦੇ ਪਛੇਤਰੇ ਗ੍ਰਾਮ ਮਲਵਾਨਾ 'ਚ ਸੜਕਾ ਉੱਪਰ ਲੋਕ ਪਾਣੇ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਸੜਕ ਗ੍ਰਾਮ ਗੀ ਜ਼ਿਲ੍ਹਾ ਮੁਖਿਆਲੇ ਕਨੇ ਜੋੜਦੀ ਹੈ ਮੋਕਾਮੀ ਲੋਕਾਂ ਤੇ ਕੰਮੇ 'ਪਰ ਲੱਗੇ ਦੇ ਮਜ਼ਦੂਰ 13 ਕਿਲੋਮੀਟਰ ਲੰਮੀ ਇਸ ਸੜਕ ਉੱਪਰ ਲੋਕ ਪਾਣੇ ਤਾਂ ਸਰਕਾਰੀ सराहना की है कीजिए उन्हें दो महीने बकवे मगरा परतिया रोजी रोटी कमाने का मौका हासिल हुआ है तो तो इसकी बहुत खासला हालत थी रोड की बहुत खस्ता हालत थी आज इसमें ब्लैक टॉप हो रहा है और लोगों को बेरोजगार जो था इसमें नहीं था आज वो लोग इसमें काम कर रहे हैं और इसमें हम ये भी रख रहे हैं सोशल डिस्टेंस का ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਾਫੀ ਲੋਕ ਯਹਾਂ ਤੇ ਬੇਰੋਜ਼ਗਾਰ ਸਦੇ ਔਰ 10 ਲੋਕਾਂ ਦੀ ਰੋਜ਼ੀ ਵੀ ਯਹਾਂ ਬਣੀ ਔਰ ਸਾਥ-ਸਾਥ ਮੇ ਹਮਾਰੀ ਰੋੜ ਜੋ ਸੀ ਇਸ ਦੀ ਬਿਖਸਤਾ ਹਾਲਾਤ ਸੀ ਪੁਨਛਦੇ ਜ਼ਿਲ੍ਹਾ ਵਿਕਾਸ ਕਮਿਸ਼ਨ ਰਾਹੁਲ ਯਾਦਵੋਂ ਦੀ ਅਧਿਖਸ਼ਤਾ ਚ ਜ਼ਿਲ੍ਹਾ ਇੰਤਜ਼ਾਮੀਆਂ ਆਸਿਆ ਅਜੇ ਛਤੀਸਗੜ੍ਹ ਚ ਰੋਣੇ ਵਾਲੇ ਮਜ਼ਦੂਰਾਂ ਦੇ ਇੱਕ ਦਲਗੀ ਉਹਦੇ ਗ੍ਰਹਿ ਰਾਜ ਲਈ ਰਵਾਨਾ ਕੀਤਾ ਗਿਆ ਇਹ ਮਜ਼ਦੂਰ ਜਿਹੜੇ ਲਾਕਡਾਊਨ ਦੇ ਚਲਦੇ ਇੱਥੇ ਫਸੀ ਗਏ ਦੇ ਉਹਨੇ ਗੀ ਘਰ ਵਾਪਸ ਜਾਣ ਲਈ ਕੀਤੇ ਗਏ ਪ੍ਰਬੰਧ ਦੇ ਲਈ ਇੰਤਜ਼ਾਮੀਆਂ ਦਾ ਧੰਨਵਾਦ ਕੀਤਾ छत्तीसगढ़ जाना चाहता हूँ इस, इस जिला के धन्यवाद मेरा नाम चंद्रशेखर भारद्वाज है सर मैं छत्तीसगढ़ का रहने वाला हूँ यहाँ जम्मू में काम करने आया था बल्लोई सागरा में यहाँ से हमको शासन पहुँचा रहा है यहाँ का गवर्नमेंट को धन्यवाद सर मैं बसंत कुमार दिनकर हूँ छत्तीसगढ़ से यहाँ कौन जाया था काम करने के लिए और ये... ਸ਼੍ਰੀ ਅਮਰ ਸ਼ਤਰੀ ਰਾਜਪੂਤ ਸਭਾ ਜੰਮੂ ਕਸ਼ਮੀਰ ਦਾ ਪ੍ਰਤੀਨਿਧੀ ਮੰਡਲ ਰਾਜਪਾਲ ਜੰਮੂ ਚ ਉਪ ਰਾਜਪਾਲ ਗਿਰੀ ਚੰਦਰ ਮੁਰਮੂ ਹੁੰਦੇ ਕਨੇ ਮਿਲਿਆ ਸਭਾ ਦੇ ਪ੍ਰਧਾਨ ਜੱਜ ਰਿਟਾਇਰ ਠਾਕੁਰ ਪਵਿੱਤਰ ਸਿੰਘ ਹੁੰਦੀ ਅਧਿਕਸ਼ਤਾ ਚ ਪ੍ਰਤੀਨਿਧੀ ਮੰਡਲ ਨੇ ਜੰਮੂ ਕਸ਼ਮੀਰ ਚ ਨਵਾਂ ਡੋਮਿਸਾਈਲ ਕਾਨੂੰਨ ਆਣ ਲਈ ਧੰਨਵਾਦ ਕੀਤਾ ਉਹਨੇ ਆਖਿਆ ਜੇ ਇਹਦੇ ਕਨੇ ਰਫੂਜੀਆਂ ਬਾਲਮਿਕੀ ਸਮਾਜ ਗੋਰਖਾ ਸਮਾਜ ਤੇ ਪ੍ਰਦੇਸ਼ ਦੀਆਂ ਮਹਿਲਾਵਾਂ ਸਨੇ ਸਮਾਜ ਦੇ ਬਕ-ਬਕ ਵਰਗੇ ਦੇ ਲੋਕਾਂ ਦੀ ਇਸ ਕਾਨੂੰਨ ਰਾਏ ਬਰਾਬਰੀ ਦਾ ਮੌਕਾ ਥੋਆ ਉਪ ਰਾਜਪਾਲ ਹੋਰੇ ਪ੍ਰਤੀਨਿਧੀ ਮੰਡਲ ਕੀ ਪ੍ਰੋਸਾਧੋ ਆਇਆ ਜੇ ਨਮੀਏ ਪਰਿਸਥਿਤੀਆਂ ਚ ਇਨੇ ਸਮੁਦਾਇਆਂ ਕੀ ਉਦਾ ਬਣਕਦਾ ਅਕ ਅਸਲ ਲੋਗ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਕਟੂਗਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਚ ਨਵੇਂ ਡੋਮਿਸਾਈਲ ਕਾਨੂੰਨ ਦਾ ਗਰਮਜੋਸ਼ੀ ਕਰਨੇ ਸਵਾਗਤ ਕੀਤਾ ਐਸੋਸੀਏਸ਼ਨ ਦੇ ਚੇਅਰਮੈਨ ਕੈਪਟਨ ਰਿਟਾਇਰ ਗਿਆਨ ਸਿੰਘ ਪਟਾਨੀਆ ਤੇ ਪ੍ਰਧਾਨ ਮਨੋਰ ਸਿੰਘੋ ਨੇ ਆਖਿਆ ਜੇ ਅਖੀਰਕਾਰ 7 ਸਤੰਬਰ ਦੇ ਪ੍ਰੰਤ ਜੰਮੂ ਕਸ਼ਮੀਰ ਦੇ ਲੋਕਾਂ ਨੇ ਨਿਆ ਉਹ ਆਇਆ ਹੈ ਪ੍ਰਧਾਨ ਨੇ ਬਤਾਇਆ ਹੈ कि हम सही हिंदुस्तानी आज से बने हैं अठारह से जब ये बिल जब ये आया स्टेट में पास हुआ आज हमारे ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਇਲਾਜ ਲਈ کارਗਰ ਸਾਬਤ ਹੋਈ ਦੀ ਦਵਾਈ ਹਾਈਡਰੋਕਲੋਰੋਕੁਇਨ ਐਚਸੀਕਯੂ ਬਾਰੇ ਕੱਲ ਇੱਕ ਸਲਾਹ ਜਾਰੀ ਕੀਤੀ ਹੈ ਇਹਦੇ ਤਹਿਤ ਐਸਸੀਕਯੂ ਉਹਨੇ ਸਭ ਨੇ ਸਿਹਤ ਕਰਮੀਆਂ ਕੀ ਦਿੱਤੀ ਜਾ ਸਕਦੀ ਜਿਹੜੇ ਕੋਵਿਡ-19 ਗੈਰ ਪ੍ਰਭਾਵਿਤ ਖੇਤਰੇਂ ਚ ਕੰਮ ਕਰ ਰਹੇ ਨੇ ਪਰ ਉਹਦੇ ਚ ਬਿਮਾਰੀ ਦੇ ਕੋਈ ਲੱਛਣ ਨਹੀਂ ਆ ਹਨ ਉਥੇ ਕਾ ਕੰਟੇਨਮੈਂਟ ਖੇਤਰੇ ਚ ਤਨਾਰ ਤੇ ਕੋਵਿਡ-19 ਦੇ ਇਲਾਜ ਲਈ ਸੇਵਾ ਦੇ ਆ ਦੇ ਸਿਹਤ ਕਰਮੀਆਂ ਕੀ ਵੀ ਐਸਸੀਕਯੂ ਦਿੱਤੀ ਜਾ ਸਕੋਗ ਜ਼ਿਲ੍ਹਾ ਪੁੰਛ ਦੇ ਸਰਹਦੀ ਇਲਾਕੇ ਦੇ ਲੋਕਾਂ 'ਚ ਪਾਕਿਸਤਾਨ ਆਸਿਆ ਕੀਤੀ ਜਾਣੇ ਵਾਲੀ ਗੋਲੀਬਾਰੀ ਕਾਰਨ ਡਰ ਤਰਾਦਾ ਮੋਲ ਬਣੇ ਰਿਹਾ ਹੈ। ਇਹਦੇ ਚੱਲਦੇ ਇਲਾਕੇ ਦੇ ਕਿਸਾਨ ਦਿਨ ਦੇ ਬਜਾਇ ਨਿਹਰਾ ਪੌਣੇ ਉੱਪਰ ਆਪਣੇ ਖੇਤਰੇਂ 'ਚ ਕਣਕ ਦੀ ਕਟਾਈ ਕਰਾ ਕਰਦੇ ਨੇ। ਜ਼ਿਲ੍ਹੇ ਦੇ ਗ੍ਰਾਂਜੁਲਾਸ ਸਲੋਤਰੀ ਦੇ ਕਿਸਾਨੇ ਗੱਲਬਾਤ ਦੌਰਾਨ ਦੂਰਦਰਸ਼ਨ ਸਮਾਚਾਰ ਕੀ ਦੱਸਿਆ ਜੇ ਸਰਕਾਰ ਆਸਿਆ ਉਹਨਾਂ ਦੀ ਖਾਦ ਬੀਜ ਤੇ ਹੋਰ ਸਭੇ ਲੋਚੀ ਦੀ ਮਦਦ ਉਪਲਬਧ ਕਰਾਈ ਜਾ ਰਹੀ ਹੈ ਪਰ ਬੰਨੇਪਾਰਾ ਉਹਨਿਆਂ ਲਈ ਗੋਲੀਬਾਰੀ ਕਾਰਨ ਉਹਨਾਂ ਦੀ ਮਤੀ ਦਿੱਕਤ ਪੇਸ਼ ਹੁੰਦੀ ਹੈ। आप जिम्मेदारी तो कभी कबार दिन में करते हैं लेकिन जब शेलिंग शुरू हो जाती है तो छोड़ देते हैं फिर तो रात के समय आकर अपना खेती बाड़ी का थोड़ा बहुत काम जो है करते हैं लेकिन फायरिंग का डर है जिसकी बिना पर हम रात को ही काम करते हैं वो भी बाज़ातः अगर फायर शुरू हो जाता तो छोड़ कर चले जाते हैं अच्छा सर ये देश का लास्ट गांव है जो कि जलास सलोत्री गांव है यहाँ पे हमारे मतलब कि जो हमारी जो शेलिंग की वजह से हम बहुत परेशान हैं दूरदर्शन जम्मू के प्रादेशिक समाचार एकांश पास पेश किए जाने कि खबरें दे से बुलेटिन तो से फेसबुक ते यूट्यूब चैनल पर भी दिखी साड़ी फेसबुक पेज फेसबुक डॉट कॉम स्लैश डीडी न्यूज डोगरी साड़ा यू ट्यूब चैनल डीडी न्यूज जम्मू अलावा तुस तो से ट्विटर खाते पर भी जाई सकदे हो जेदे पर जा डोगरी भाषा च चरीन खबरें बारे जानकारी हासिल होई सकदी है सड़े ट्विटर हैंडल का पता है at the rate dd news underscore jammu ਅਖੀਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰ ਪਰਤੀ ਹੈ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰਾਂ ਬਸਨੀਕੀਆਂ ਆਸਤੇ ਤਰੀਕੀ ਭਰਤੀ ਤਾਈਂ 10000 ਅਸਾਮੀਆਂ ਕਰੋਗ ਅਧਿਸੂਚਿਤ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਹੋ ਰਹੇ ਮੁਲਕੇ ਦੀ ਆਤਮ ਨਿਰਭਰ ਬਣਾਣੇ ਦੀ ਜ਼ਰੂਰਤ ਪਰ ਪਾਇਆ ਜ਼ੋਰ ਪੇਸ਼ੇਵਰਾਨਾ ਦਾਖਲਾ ਪ੍ਰੀਖਿਆ ਦੇ ਬੋਰਡ ਬੋਪੀ ਦੀ ਡੋਮਿਸਾਈਲ ਸਰਟੀਫਿਕੇਟ ਕਾਉਂਸਲਿੰਗ ਦੇ ਮੌਕੇ ਗਏ ਦਿਖਨੇ ਦੀ ਦਿੱਤੀ ਗਈ ਹੈ ਇਹਦਾ ਹੈ ਤੇ 에ਅਰ ਇੰਡੀਆ ਸੋਮਵਾਰੇ ਧਮਾਕਰੇ ਲੂੜਾਣਾ ਕਰੋਗ ਸ਼ੁਰੂ ਲਗਭਗ 8000 ਉਡਾਣਾ ਕਰਵਾਣੇ ਦੀ ਹੈ ਯੋਜਨਾ ਇਹਦੇ ਕੰਨੇ ਗਿਆ ਡੋਗ ਦੀ ਖਬਰ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ ਨਮਸਕਾਰ